ਡੀਅਰ ਸਟੂਡੈਂਟਸ, ਅੱਜ ਆਪਾਂ ਕਲਾਸ 9 ਦੀ ਪੰਜਾਬੀ ਤੋਂ ਇੰਗਲਿਸ਼ ਬਣਾਉਣ ਦੀ ਟ੍ਰਾਂਸਲੇਸ਼ਨ ਜਿਹੜੀ ਆਪਾਂ ਨੂੰ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ ਉਸ ਨੂੰ ਡਿਸਕਸ ਕਰਾਂਗੇ ਅਤੇ ਜਾਣਾਂਗੇ ਕਿ ਇਸ ਨੂੰ ਕਿਵੇਂ ਹੱਲ ਕਰ ਸਕਦੇ ਹਾਂ। ਰੱਟੇ ਨਾਲ ਯਾਦ ਨਹੀਂ ਕਰ ਸਕਦੇ, ਆਪਾਂ ਨੂੰ ਰੀਟ੍ਰਾਂਸਲੇਸ਼ਨ ਨੂੰ ਸਮਝਣਾ ਪਵੇਗਾ। ਆਪਾਂ ਕੋਸ਼ਿਸ਼ ਕਰਦੇ ਹਾਂ ਅੱਜ ਪੰਜਾਬੀ ਤੋਂ ਇੰਗਲਿਸ਼ ਬਣਾਉਣ ਦੇ ਲਈ ਆਪਾਂ ਨੂੰ ਕੀ ਕੁਝ ਸਮਝਣਾ ਜ਼ਰੂਰੀ ਹੈ। ਪਹਿਲਾ ਸੈਂਟੈਂਸ ਹੈ, ਮੈਂ ਅੰਗਰੇਜ਼ੀ ਬੋਲ ਸਕਦੀ ਹਾਂ। ਇਹਦੇ ਵਿੱਚ ਆਪਾਂ ਦੇਖੋ ਸਬਜੈਕਟ ਲੱਗਿਆ ਹੋਇਆ ਹੈ ਮੈਂ, ਉਹ ਆਪਾਂ ਨੂੰ ਪਤਾ ਹੀ ਹੈ ਕਿ ਆਪਾਂ ਯੂਜ਼ ਕਰਦੇ ਹਾਂ ਆਈ ਬੋਲ ਸਕਦੀ ਹਾਂ, ਸਕਦੀ ਹਾਂ ਜਾਂ ਸਕਦਾ ਹਾਂ, ਦੋਵੇਂ ਹੋ ਸਕਦੇ ਹੈ। ਸਕਦੀ ਹਾਂ ਮਾਡਲ ਦੀ ਵਰਤੋਂ ਕੀਤੀ ਗਈ ਹੈ, ਪ੍ਰੈਜੈਂਟ ਫੋਰਮ ਦੇ ਵਿੱਚ ਹੈ। ਕੈਨ ਦੀ ਵਰਤੋਂ ਕਰਾਂਗੇ, ਕੀ ਲਿਖਾਂਗੇ, ਆਈ ਕੈਨ ਸਪੀਕ ਇੰਗਲਿਸ਼। ਜੇ ਇਸ ਤਰ੍ਹਾਂ ਹੁੰਦਾ ਮੈਂ ਪੰਜਾਬੀ ਬੋਲ ਸਕਦੀ ਹਾਂ ਤਾਂ ਆਪਾਂ ਲਿਖਦੇ ਆਈ ਕੈਨ ਸਪੀਕ ਪੰਜਾਬੀ। ਜੇ ਇਸ ਤਰ੍ਹਾਂ ਹੁੰਦਾ ਮੈਂ ਅੰਗਰੇਜ਼ੀ ਬੋਲ ਸਕਦੀ ਹਾਂ ਤਾਂ ਆਪਾਂ ਆਲਰੇਡੀ ਲਿਖ ਚੁੱਕੇ ਹਾਂ ਆਈ ਕੈਨ ਸਪੀਕ ਇੰਗਲਿਸ਼। ਜੇ ਹੁੰਦਾ ਮੈਂ ਹਿੰਦੀ ਬੋਲ ਸਕਦੀ ਹਾਂ ਤਾਂ ਆਪਾਂ ਲਿਖ ਸਕਦੇ ਸੀ ਆਈ ਕੈਨ ਸਪੀਕ ਹਿੰਦੀ। ਜੇ ਇੱਥੇ ਹੁੰਦਾ ਅਸੀਂ ਅੰਗਰੇਜ਼ੀ ਬੋਲ ਸਕਦੇ ਹਾਂ ਤਾਂ ਆਪਾਂ ਲਿਖਣਾ ਸੀ ਵੀ ਕੈਨ ਸਪੀਕ ਇੰਗਲਿਸ਼। ਜੇ ਇੱਥੇ ਹੁੰਦਾ ਮੈਂ ਅੰਗਰੇਜ਼ੀ ਨਹੀਂ ਬੋਲ ਸਕਦੀ ਹਾਂ ਤਾਂ ਇੱਥੇ ਹੋਣਾ ਸੀ ਆਈ ਕੈਨੋਟ ਸਪੀਕ ਇੰਗਲਿਸ਼। ਤਾਂ ਇਸ ਤਰ੍ਹਾਂ ਆਪਾਂ ਮਾਡਲ ਦੀ ਸਹਾਇਤਾ ਨਾਲ ਪੰਜਾਬੀ ਤੋਂ ਇੰਗਲਿਸ਼ ਟ੍ਰਾਂਸਲੇਟ ਕਰ ਸਕਦੇ ਹਾਂ। ਦੂਜਾ ਵਾਕ, ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ। ਇੱਥੇ ਵੀ ਮਾਡਲ ਲੱਗਿਆ ਹੋਇਆ ਹੈ ਚਾਹੀਦੀ ਹੈ, ਚਾਹੀਦੀ ਹੈ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸ਼ੁੱਡ। ਤੁਹਾਨੂੰ, ਤੁਹਾਨੂੰ ਇਹਦੇ ਲਈ ਆਪਾਂ ਸਬਜੈਕਟ ਯੂਜ਼ ਕਰਾਂਗੇ ਯੂ, ਯੂ ਸ਼ੁੱਡ, ਤੁਹਾਨੂੰ ਚਾਹੀਦਾ ਹੈ, ਇਹਦਾ ਮਤਲਬ ਹੋ ਗਿਆ ਤੁਹਾਨੂੰ ਚਾਹੀਦਾ ਹੈ। ਹੁਣ ਦੇਖੋ ਤੁਹਾਨੂੰ ਕਿਹਾ ਗਿਆ ਹੈ ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ, ਯੂ ਸ਼ੁੱਡ ਐਕਸਰਸਾਈਜ਼ ਡੇਲੀ, ਇਸ ਤਰ੍ਹਾਂ ਲਿਖ ਸਕਦੇ ਹਾਂ। ਤੁਹਾਨੂੰ ਹਰ ਰੋਜ਼ ਸਕੂਲ ਜਾਣਾ ਚਾਹੀਦਾ ਹੈ, ਫਿਰ ਆਪਾਂ ਕੀ ਲਿਖਾਂਗੇ, ਯੂ ਸ਼ੁੱਡ ਗੋ ਟੂ ਸਕੂਲ ਡੇਲੀ। ਇਸ ਤਰ੍ਹਾਂ ਆਪਾਂ ਇਹਦੇ ਵਾਕ ਜਿਹੜੇ ਹੈ ਉਹ ਪੰਜਾਬੀ ਤੋਂ ਇੰਗਲਿਸ਼ ਟ੍ਰਾਂਸਲੇਟ ਕਰ ਸਕਦੇ ਹਾਂ। ਤੁਹਾਨੂੰ ਲੈਸਨ ਲਰਨ ਕਰਨੇ ਚਾਹੀਦੇ ਹੈ, ਯੂ ਸ਼ੁੱਡ ਲਰਨ ਯੋਰ ਲੈਸਨਸ। ਤੁਹਾਨੂੰ ਸੱਚ ਬੋਲਣਾ ਚਾਹੀਦਾ ਹੈ, ਯੂ ਸ਼ੁੱਡ ਸਪੀਕ ਦ ਟਰੁੱਥ। ਇਸ ਤਰ੍ਹਾਂ ਆਪਾਂ ਸ਼ੁੱਡ ਦੀ ਵਰਤੋਂ ਕਰਕੇ ਟ੍ਰਾਂਸਲੇਟ ਕਰ ਸਕਦੇ ਹਾਂ। ਤੀਜਾ ਵਾਕ, ਤੁਹਾਨੂੰ ਆਪਣਾ ਵਾਅਦਾ ਨਿਭਾਉਣਾ ਚਾਹੀਦਾ ਹੈ, ਸੇਮ ਉਸੇ ਤਰ੍ਹਾਂ ਯੂ ਸ਼ੁੱਡ ਕੀਪ ਯੋਰ ਪ੍ਰੋਮਿਸ। ਉਸ ਤੋਂ ਬਾਅਦ ਚੌਥਾ ਦੇਖੋ, ਤੁਸੀਂ ਜਦੋਂ ਚਾਹੋ ਘਰ ਜਾ ਸਕਦੇ ਹੋ। ਇਹਦੇ ਵਿੱਚ ਕੀ ਹੈ, ਸਕਦੇ ਹੋ। ਇੱਥੇ ਵੀ ਆਪਾਂ ਦੇਖੋ ਮਾਡਲ ਦੀ ਵਰਤੋਂ ਕਰਾਂਗੇ ਮੇ। ਆਪਾਂ ਕੈਨ ਦੀ ਵਰਤੋਂ ਕਿਉਂ ਨਹੀਂ ਕੀਤੀ, ਕਿਉਂਕਿ ਕੈਨ ਜਿਹੜਾ ਹੈ ਉਹ ਪਾਵਰ ਸ਼ੋ ਕਰਦਾ ਹੈ, ਆਰਡਰ ਸ਼ੋ ਕਰਦਾ ਹੈ, ਅਬਿਲਿਟੀ ਸ਼ੋ ਕਰਦਾ ਹੈ, ਕੈਪੈਸਿਟੀ ਸ਼ੋ ਕਰਦਾ ਹੈ। ਲੇਕਿਨ ਮੇ, ਮੇ ਉਸ ਤੋਂ ਥੋੜ੍ਹਾ ਪੋਲਾਈਟ ਹੈ। ਜੇ ਆਪਾਂ ਨੂੰ ਕੋਈ ਪੁੱਛਦਾ ਹੈ ਕਿ ਮੈਂ ਘਰ ਜਾ ਸਕਦਾ ਤਾਂ ਆਪਾਂ ਕਹਿ ਸਕਦੇ ਹਾਂ ਤੁਸੀਂ ਜਦੋਂ ਚਾਹੋ ਘਰ ਜਾ ਸਕਦੇ ਹੋ, ਇਹ ਤੁਹਾਡੀ ਆਪ ਦੀ ਮਰਜ਼ੀ ਹੈ। ਤਾਂ ਆਪਾਂ ਕੀ ਲਿਖਾਂਗੇ, ਯੂ ਮੇ ਗੋ ਹੋਮ ਵੈਨ ਐਵਰ ਯੂ ਲਾਈਕ। ਤੁਸੀਂ ਜਦੋਂ ਚਾਹੋ ਆ ਸਕਦੇ ਹੋ। ਫਿਰ ਆਪਾਂ ਕਿਵੇਂ ਲਿਖਾਂਗੇ, ਯੂ ਮੇ ਕਮ ਟੂ ਮੀ ਵੈਨ ਐਵਰ ਯੂ ਲਾਈਕ। ਤੁਸੀਂ ਜਦੋਂ ਚਾਹੋ ਸੋ ਸਕਦੇ ਹੋ, ਯੂ ਮੇ ਗੋ ਟੂ ਬੈਡ ਵੈਨ ਐਵਰ ਯੂ ਲਾਈਕ। ਇਸ ਤਰ੍ਹਾਂ ਆਪਾਂ ਮੇ ਦੇ ਨਾਲ ਵੀ ਪੰਜਾਬੀ ਤੋਂ ਇੰਗਲਿਸ਼ ਟ੍ਰਾਂਸਲੇਟ ਕਰ ਸਕਦੇ ਹਾਂ।
ਇਸ ਤਰ੍ਹਾਂ ਦੀ ਜਿਹੜੀ ਟ੍ਰਾਂਸਲੇਸ਼ਨ ਹੈ ਉਸ ਨੂੰ ਆਪਾਂ ਕਦੇ ਵੀ ਰੱਟੇ ਨਾਲ ਯਾਦ ਨਹੀਂ ਕਰ ਸਕਦੇ, ਇਹਨਾਂ ਨੂੰ ਸਮਝ ਕੇ ਹੀ ਲਰਨ ਕਰਨਾ ਚਾਹੀਦਾ ਹੈ। ਛੇਤੀ ਚੱਲੋ, ਅਜਿਹਾ ਨਾ ਹੋਵੇ ਕਿ ਗੱਡੀ ਛੁੱਟ ਜਾਵੇ। ਪੰਜਵਾਂ ਵਾਕ, ਛੇਤੀ ਚੱਲੋ, ਅਜਿਹਾ ਨਾ ਹੋਵੇ ਕਿ ਗੱਡੀ ਛੁੱਟ ਜਾਵੇ। ਇਹਦੇ ਵਿੱਚ ਆਪਾਂ ਕਿਵੇਂ ਲਿਖਾਂਗੇ? ਇੰਪੈਰੇਟਿਵ ਸੈਂਟੈਂਸ ਦੇ ਨਾਲ ਬਣਿਆ ਹੋਇਆ ਹੈ, ਲੈਸਟ ਦੇ ਨਾਲ ਸ਼ੁੱਡ ਲੱਗੇਗਾ। ਛੇਤੀ ਚੱਲੋ, ਵਾਕ ਫਾਸਟ, ਇੰਪੈਰੇਟਿਵ ਸੈਂਟੈਂਸ ਹੈ ਜਿਹਦੇ ਵਿੱਚ ਆਪਾਂ ਨੂੰ ਐਡਵਾਈਸ ਵੀ ਹੋ ਸਕਦੀ ਹੈ ਅਤੇ ਆਰਡਰ ਵੀ ਹੋ ਸਕਦਾ ਹੈ। ਅਜਿਹਾ ਨਾ ਹੋਵੇ, ਇਹਨੂੰ ਆਪਾਂ ਇੰਗਲਿਸ਼ ਦੇ ਵਿੱਚ ਲੈਸਟ ਦੇ ਨਾਲ, ਲੈਸਟ ਪਲੱਸ ਸਬਜੈਕਟ ਪਲੱਸ ਸ਼ੁੱਡ ਦੀ ਵਰਤੋਂ ਕਰਕੇ ਹੀ ਬਣਾਵਾਂਗੇ, ਜਿਵੇਂ ਇਹਦੇ ਵਿੱਚ ਲਿਖਿਆ ਹੋਇਆ ਹੈ। ਲੈਸਟ ਅਤੇ ਸ਼ੁੱਡ ਦੀ ਵਰਤੋਂ ਕਰਕੇ ਆਪਾਂ ਬਣਾ ਸਕਦੇ ਹਾਂ। ਤਾਂ ਕੀ ਲਿਖਾਂਗੇ? ਵਾਕ ਫਾਸਟ, ਲੈਸਟ ਯੂ ਸ਼ੁੱਡ ਮਿਸ ਦ ਟ੍ਰੇਨ। ਉਸ ਤੋਂ ਅਗਲਾ ਵਾਕ, ਉਹ ਆਪਣੇ ਬਚਪਨ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ, ਯਾਨੀ ਪਾਸਟ ਦੀ ਕੋਈ ਹੈਬਿਟ ਆਪਾਂ ਨੂੰ ਸ਼ੋ ਕਰ ਰਹੀ ਹੈ। ਪਾਸਟ ਦੇ ਵਿੱਚ, ਭੂਤਕਾਲ ਦੇ ਵਿੱਚ ਕੋਈ ਆਦਤ ਜਿਹੜੀ ਹੁੰਦੀ ਹੈ ਉਸ ਨੂੰ ਸ਼ੋ ਕਰਨ ਦੇ ਲਈ ਆਪਾਂ ਜਿਹੜਾ ਮਾਡਲ ਹੈ ਉਹ ਯੂਜ਼ ਕਰਦੇ ਹਾਂ, ਯੂਜ਼ ਟੂ। ਇਹ ਜਿਹੜਾ ਮਾਡਲ ਹੈ ਯੂਜ਼ ਟੂ, ਇਹਦੀ ਵਰਤੋਂ ਕਰਕੇ ਆਪਾਂ ਵਾਕ ਬਣਾਵਾਂਗੇ। ਤਾਂ ਉਹ ਆਪਣੇ ਬਚਪਨ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ, ਤਾਂ ਸਬਜੈਕਟ ਆਪਣੇ ਕੋਲ ਕੀ ਹੋ ਗਿਆ? ਹੀ ਯੂਜ਼ ਟੂ, ਉਹ ਕਰਿਆ ਕਰਦਾ ਸੀ। ਹੀ ਯੂਜ਼ ਟੂ ਦਾ ਮਤਲਬ ਕੀ ਹੋ ਗਿਆ? ਹੀ ਯੂਜ਼ ਟੂ ਦਾ ਮਤਲਬ ਹੋ ਗਿਆ ਉਹ ਕਰਿਆ ਕਰਦਾ ਸੀ। ਕੀ ਕਰਿਆ ਕਰਦਾ ਸੀ? ਪਲੇ ਕ੍ਰਿਕਟ ਇਨ ਹਿਸ ਚਾਈਲਡਹੁੱਡ, ਉਹ ਇੱਥੇ ਰਿਹਾ ਕਰਦਾ ਸੀ। ਤਾਂ ਆਪਾਂ ਇਸ ਨੂੰ ਲਿਖ ਸਕਦੇ ਹਾਂ ਹੀ ਯੂਜ਼ ਟੂ ਲਿਵ ਹੇਅਰ, ਉਹ ਗੀਤ ਗਾਇਆ ਕਰਦਾ ਸੀ। ਫਿਰ ਆਪਾਂ ਲਿਖਾਂਗੇ ਹੀ ਯੂਜ਼ ਟੂ ਸਿੰਗ ਸੌਂਗਸ, ਉਹ ਲਿਖਿਆ ਕਰਦਾ ਸੀ। ਹੀ ਯੂਜ਼ ਟੂ ਰਾਈਟ। ਇਸ ਤਰ੍ਹਾਂ ਆਪਾਂ ਪਾਸਟ ਦੀ ਹੈਬਿਟ ਨੂੰ ਦੱਸਣ ਦੇ ਲਈ ਆਪਾਂ ਯੂਜ਼ ਟੂ ਦੀ ਵਰਤੋਂ ਕਰ ਸਕਦੇ ਹਾਂ। ਉਸ ਤੋਂ ਬਾਅਦ, ਮੈਂ ਤੁਹਾਨੂੰ ਕੁਝ ਪੈਸੇ ਉਧਾਰ ਦੇ ਸਕਦਾ ਹਾਂ, ਇਹਨੂੰ ਆਪਾਂ ਕਿਵੇਂ ਬਣਾਵਾਂਗੇ? ਇਹ ਵੀ ਸਕਦਾ ਹਾਂ ਆ ਰਿਹਾ ਹੈ, ਇਹਦਾ ਮਤਲਬ ਕੈਨ ਦੀ ਵਰਤੋਂ ਹੋਵੇਗੀ। ਆਈ ਕੈਨ ਲੈਂਡ ਯੂ ਸਮ ਮਨੀ, ਮੈਂ ਤੁਹਾਨੂੰ ਆਪਣੀ ਪੁਸਤਕ ਉਧਾਰ ਦੇ ਸਕਦਾ ਹਾਂ, ਇਸ ਨੂੰ ਵੀ ਆਪਾਂ ਇਹਦੇ ਨਾਲ ਹੀ ਬਣਾਵਾਂਗੇ। ਆਈ ਕੈਨ ਲੈਂਡ ਯੂ ਮਾਈ ਬੁੱਕ, ਮੈਂ ਤੁਹਾਨੂੰ ਆਪਣੀ ਕਾਰ ਦੇ ਸਕਦਾ ਹਾਂ। ਆਈ ਕੈਨ ਲੈਂਡ ਯੂ ਮਾਈ ਕਾਰ, ਇਸ ਤਰ੍ਹਾਂ ਦੇ ਜਿਹੜੇ ਵਾਕ ਹੈ ਉਹ ਵੀ ਆਪਾਂ ਕੈਨ ਦੀ ਸਹਾਇਤਾ ਨਾਲ ਬਣਾ ਸਕਦੇ ਹਾਂ। ਨੈਕਸਟ, ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਚਾਹੀਦੀ ਹੈ ਜਦੋਂ ਆ ਗਿਆ ਤਾਂ ਆਪਾਂ ਕੀ ਯੂਜ਼ ਕਰਾਂਗੇ? ਸ਼ੁੱਡ ਦੀ ਵਰਤੋਂ ਕਰਾਂਗੇ। ਵੀ ਸ਼ੁੱਡ ਸਰਵ ਆਰ ਕੰਟਰੀ, ਸਾਨੂੰ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ। ਵੀ ਸ਼ੁੱਡ ਸਰਵ ਆਰ ਪੇਰੈਂਟਸ, ਸਾਨੂੰ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸਾਨੂੰ ਸਮੇਂ ਸਿਰ ਸਕੂਲ ਜਾਣਾ ਚਾਹੀਦਾ ਹੈ। ਸਾਨੂੰ ਪ੍ਰੀਖਿਆ ਦੀ ਤਿਆਰੀ ਚੰਗੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਜਿਹੜੇ ਵਾਕ ਹੈ ਉਹ ਸਾਰੇ ਹੀ ਆਪਾਂ ਸ਼ੁੱਡ ਦੀ ਸਹਾਇਤਾ ਨਾਲ ਬਣਾਵਾਂਗੇ। ਨਾਈਨਥ, ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਇੱਥੇ ਵੀ ਚਾਹੀਦੀ ਹੈ ਤਾਂ ਸ਼ੁੱਡ ਯੂਜ਼ ਕਰਾਂਗੇ, ਪਰ ਆਪਾਂ ਨੈਗੇਟਿਵ ਸੈਂਸ ਦੇ ਵਿੱਚ। ਤੁਹਾਨੂੰ ਦੇ ਲਈ ਆਪਾਂ ਯੂ ਯੂਜ਼ ਕਰਦੇ ਹਾਂ। ਤਾਂ ਆਪਾਂ ਕੀ ਲਿਖਾਂਗੇ? ਆਪਾਂ ਲਿਖਾਂਗੇ ਯੂ ਸ਼ੁੱਡ ਨੋਟ, ਤੁਹਾਨੂੰ ਨਹੀਂ ਕਰਨਾ ਚਾਹੀਦਾ। ਇਹਦਾ ਮਤਲਬ ਕੀ ਹੈ? ਯੂ ਸ਼ੁੱਡ ਨੋਟ ਦਾ ਮਤਲਬ ਕੀ ਹੈ? ਤੁਹਾਨੂੰ ਨਹੀਂ ਕਰਨਾ ਚਾਹੀਦਾ। ਕੀ ਨਹੀਂ ਕਰਨਾ ਚਾਹੀਦਾ? ਚਿੰਤਾ ਨਹੀਂ ਕਰਨੀ ਚਾਹੀਦੀ। ਯੂ ਸ਼ੁੱਡ ਨੋਟ ਵਰੀ ਅਬਾਊਟ ਇਟ, ਤੁਹਾਨੂੰ ਇੱਥੇ ਨਹੀਂ ਆਉਣਾ ਚਾਹੀਦਾ। ਯੂ ਸ਼ੁੱਡ ਨੋਟ ਕਮ ਹੇਅਰ, ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ਯੂ ਸ਼ੁੱਡ ਨੋਟ ਡੂ ਦੈਟ।
ਇਸ ਤਰ੍ਹਾਂ ਆਪਾਂ ਸ਼ੁੱਡ ਨੋਟ ਦੀ ਸਹਾਇਤਾ ਨਾਲ ਵੀ ਵਾਕ ਬਣਾ ਸਕਦੇ ਹਾਂ। ਇਹਨਾਂ ਵਾਕਾਂ ਨੂੰ, ਇਹ ਮਾਡਲਸ ਜਿਹੜੇ ਨੇ, ਇਹਨਾਂ ਨੂੰ ਸਮਝਣਾ ਪਵੇਗਾ। ਰੱਟਾ ਮਾਰ ਕੇ ਜੇ ਆਪਾਂ ਯਾਦ ਕਰਕੇ ਜਾਵਾਂਗੇ, ਪ੍ਰੀਖਿਆ ਦੇ ਵਿੱਚ ਆਪਾਂ ਭੁੱਲ ਜਾਵਾਂਗੇ, ਤਾਂ ਸਾਰੇ ਬੱਚੇ ਇਸ ਤਰ੍ਹਾਂ ਦੇ ਵਾਕ ਜਿਹੜੇ ਹੈ ਉਹਨਾਂ ਦੀ ਪ੍ਰੈਕਟਿਸ ਕਰੋ। ਇੱਕ ਵਾਕ ਜਿਵੇਂ ਹੈ, ਪਹਿਲਾਂ ਮੈਂ ਅੰਗਰੇਜ਼ੀ ਬੋਲ ਸਕਦੀ ਹਾਂ, ਇਹਦੇ ਨਾਲ ਦੇ ਹੋਰ 10 ਵਾਕ ਲਿਖ ਕੇ ਸੇਮ ਪੈਟਰਨ ਦੇ ਨਾਲ, ਸੇਮ ਸਟਰਕਚਰ ਦੇ ਨਾਲ ਤੁਸੀਂ ਇਸ ਦੀ ਪ੍ਰੈਕਟਿਸ ਕਰੋ, ਫਿਰ ਤੁਸੀਂ ਇਹਨਾਂ ਨੂੰ ਸਮਝ ਜਾਓਗੇ ਅਤੇ ਸਿੱਖ ਜਾਓਗੇ। ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ, ਵੁੱਡ ਦੈਟ, ਵੁੱਡ ਦੈਟ ਦੇ ਨਾਲ ਵੀ ਆਪਾਂ ਬਣਾ ਸਕਦੇ ਹਾਂ। ਜਦੋਂ ਆਪਾਂ ਵੁੱਡ ਦੈਟ ਦੀ ਵਰਤੋਂ ਕਰਾਂਗੇ, ਆਈ ਦੇ ਨਾਲ ਹਮੇਸ਼ਾ ਹੀ ਵਰਡ ਦੀ ਵਰਤੋਂ ਕਰਨੀ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। ਵੁੱਡ ਦੈਟ ਆਈ ਵਰ ਅ ਪ੍ਰਾਈਮ ਮਿਨਿਸਟਰ, ਕਾਸ਼ ਮੈਂ ਪੰਛੀ ਹੁੰਦਾ, ਇਹਨੂੰ ਆਪਾਂ ਕਿਵੇਂ ਬਣਾਵਾਂਗੇ? ਵੁੱਡ ਦੈਟ ਆਈ ਵਰ ਅ ਬਰਡ। ਜਾਂ ਆਪਾਂ ਇਸ ਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ, ਆਈ ਵਿਸ਼ ਆਈ ਵਰ ਅ ਪ੍ਰਾਈਮ ਮਿਨਿਸਟਰ, ਇਸ ਤਰ੍ਹਾਂ ਵੀ ਆਪਾਂ ਇਸ ਨੂੰ ਬਣਾ ਸਕਦੇ ਹਾਂ। ਜਿਹੜੇ ਪਹਿਲੇ 10 ਵਾਕ ਨੇ ਉਹ ਸਾਰੇ ਦੇ ਸਾਰੇ ਮਾਡਲ ਦੇ ਆਧਾਰਿਤ ਨੇ। ਜੇ ਆਪਾਂ ਨੂੰ ਮਾਡਲਸ ਦਾ ਗਿਆਨ ਹੈ ਤਾਂ ਆਪਾਂ ਇਹ ਸਾਰੇ ਵਾਕ ਬਗੈਰ ਰੱਟਾ ਮਾਰੇ ਸਮਝ ਸਕਦੇ ਹਾਂ। ਨੈਕਸਟ 11ਵਾਂ, ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਇਹ ਵਾਕ ਜਿਹੜਾ ਹੈ, ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਇਹ ਸੈਂਟੈਂਸ ਸਿੰਪਲ ਪ੍ਰੈਜੈਂਟ ਟੈਂਸ ਦੇ ਵਿੱਚ ਲਿਖਿਆ ਹੋਇਆ ਹੈ, ਨਿਕਲਦਾ ਹੈ। ਮੈਂ ਤੁਹਾਨੂੰ ਦੱਸ ਦਵਾਂ, ਦਾ ਹੈ, ਦੀ ਹੈ, ਦੇ ਹਨ, ਇਸ ਤਰ੍ਹਾਂ ਦੇ ਜਿਹੜੇ ਵਾਕ ਨੇ ਜਾਂ ਜਿਹੜੇ ਯੂਨੀਵਰਸਲ ਟਰੁੱਥ ਨੇ ਉਹ ਸਾਰੇ ਹੀ ਸਿੰਪਲ ਪ੍ਰੈਜੈਂਟ ਟੈਂਸ ਦੇ ਵਿੱਚ ਲਿਖੇ ਜਾਂਦੇ ਹੈ। ਤਾਂ ਸਿੰਪਲ ਪ੍ਰੈਜੈਂਟ ਦੇ ਵਿੱਚ ਆਪਾਂ ਸਬਜੈਕਟ ਦੇ ਨਾਲ ਵਰਬ ਦੀ ਪਹਿਲੀ ਫੋਰਮ ਪ੍ਰੈਜੈਂਟ ਫੋਰਮ ਲਿਖਦੇ ਹਾਂ ਅਤੇ ਉਹਦੇ ਨਾਲ ਐਸ ਜਾਂ ਈਐਸ ਦੀ ਵਰਤੋਂ ਵੀ ਕਰਦੇ ਹਾਂ। ਤਾਂ ਸਾਡੇ ਕੋਲ ਸਬਜੈਕਟ ਕੀ ਹੈ? ਸੂਰਜ। ਤਾਂ ਆਪਾਂ ਲਿਖਿਆ ਦ ਸਨ, ਨਿਕਲਦਾ ਹੈ, ਨਿਕਲਦੇ ਦੀ ਇੰਗਲਿਸ਼ ਹੁੰਦੀ ਹੈ ਰਾਈਸ, ਨਿਕਲਣਾ, ਉਦੇ ਹੋਣਾ, ਬਾਹਰ ਆਉਣਾ। ਸੂਰਜ ਪੂਰਬ ਵਿੱਚੋਂ ਨਿਕਲਦਾ ਹੈ, ਇਹਦੇ ਲਈ ਆਪਾਂ ਲਿਖਾਂਗੇ ਦ ਸਨ ਰਾਈਜ਼ਸ ਇਨ ਦ ਈਸਟ। ਉਸ ਤੋਂ ਬਾਅਦ 12ਵਾਂ, ਉਹ ਸਕੂਲ ਨਹੀਂ ਜਾਂਦਾ ਹੈ, ਇਹਦੀ ਇੰਗਲਿਸ਼ ਆਪਾਂ ਕਿਵੇਂ ਬਣਾਵਾਂਗੇ? ਵਾਕ ਤਾਂ ਜਿਹੜਾ ਹੈ ਸਿੰਪਲ ਪ੍ਰੈਜੈਂਟ ਟੈਂਸ ਦਾ ਹੀ ਹੈ, ਨੈਗੇਟਿਵ ਹੈ, ਤਾਂ ਨੈਗੇਟਿਵ ਦੇ ਵਿੱਚ ਆਪਾਂ ਸਬਜੈਕਟ ਤੋਂ ਬਾਅਦ ਡੂ ਜਾਂ ਡਸ ਨੋਟ ਨੂੰ ਪਲੇਸ ਕਰਾਂਗੇ, ਰੱਖਾਂਗੇ। ਤਾਂ ਸਿੰਗੂਲਰ ਸਬਜੈਕਟ ਹੈ, ਆਪਾਂ ਲਿਖਿਆ ਹੀ ਡਸ ਨੋਟ, ਉਸ ਤੋਂ ਬਾਅਦ ਪ੍ਰੈਜੈਂਟ ਫੋਰਮ ਲਿਖਾਂਗੇ ਗੋ ਟੂ ਸਕੂਲ, ਉਹ ਸਕੂਲ ਨਹੀਂ ਜਾਂਦਾ। ਦੀ ਟ੍ਰਾਂਸਲੇਸ਼ਨ ਕੀ ਹੋਵੇਗੀ? ਹੀ ਡਸ ਨੋਟ ਗੋ ਟੂ ਸਕੂਲ। ਜੇ ਹੁੰਦਾ ਮੈਂ ਸਕੂਲ ਨਹੀਂ ਜਾਂਦਾ, ਫਿਰ ਆਪਾਂ ਸਬਜੈਕਟ ਲਿਖਣਾ ਸੀ ਆਈ ਡੂ ਨੋਟ ਗੋ ਟੂ ਸਕੂਲ, ਕਿਉਂਕਿ ਡਸ ਨੋਟ ਜਿਹੜਾ ਹੈ ਉਹ ਸਿੰਗੂਲਰ ਦੇ ਨਾਲ ਆਉਂਦਾ ਹੈ। ਆਪਾਂ ਆਈ ਤੇ ਵੀ ਦੇ ਯੂ ਪਲੂਰਲ ਦੇ ਨਾਲ ਡੂ ਨੋਟ ਦੀ ਵਰਤੋਂ ਕਰਾਂਗੇ। ਨੈਕਸਟ, ਕੀ ਉਹ ਗਾਣਾ ਗਾਉਂਦਾ ਹੈ? ਇੰਟਰੋਗੇਟਿਵ ਸੈਂਟੈਂਸ ਹੈ, ਜਿਵੇਂ ਆਪਾਂ ਡਸ ਨੋਟ ਹੀ ਦੇ ਨਾਲ ਲਿਖਿਆ ਉਸ ਤਰ੍ਹਾਂ ਹੀ ਡਸ ਆਪਾਂ ਇੱਥੇ ਲਿਖਾਂਗੇ, ਪਰ ਇੰਟਰੋਗੇਟਿਵ ਸੈਂਟੈਂਸ ਹੈ ਇਸ ਕਰਕੇ ਆਪਾਂ ਡਸ ਬਾਹਰ ਰੱਖਾਂਗੇ। ਇੰਟਰੋਗੇਟਿਵ ਸੈਂਟੈਂਸ ਸਿੰਪਲ ਪ੍ਰੈਜੈਂਟ ਦੇ ਵਿੱਚ ਡੂ ਜਾਂ ਡਸ ਪਲੱਸ ਸਬਜੈਕਟ ਪਲੱਸ ਵਰਬ ਦੀ ਫਸਟ ਫੋਰਮ, ਉਸ ਤੋਂ ਬਾਅਦ ਓਬਜੈਕਟ ਲਿਖਾਂਗੇ। ਡਸ ਹੀ ਸਿੰਗ ਅ ਸੌਂਗ। ਹੁਣ ਆਪਾਂ ਦੇਖੋ, ਇੱਥੇ ਧਿਆਨ ਦਿਓ ਕਿ
ਪ੍ਰੈਜੈਂਟ ਫੋਰਮ ਦੇ ਨਾਲ ਐਸ ਜਾਂ ਈ ਐਸ ਦੀ ਵਰਤੋਂ ਨਹੀਂ ਕੀਤੀ ਗਈ। ਕਾਰਨ ਕੀ ਹੈ? ਕਿਉਂਕਿ ਆਪਾਂ ਹੈਲਪਿੰਗ ਵਰਬ ਪਹਿਲਾਂ ਹੀ ਬਾਹਰ ਆਲਰੇਡੀ ਰੱਖ ਚੁੱਕੇ ਹਾਂ, ਇਸ ਕਰਕੇ ਆਪਾਂ ਇਹਦੇ ਨਾਲ ਪ੍ਰੈਜੈਂਟ ਫੋਰਮ ਦੇ ਨਾਲ ਐਸ ਜਾਂ ਈ ਐਸ ਦੀ ਵਰਤੋਂ ਨਹੀਂ ਕਰਾਂਗੇ। 14ਵਾਂ ਸੈਂਟੈਂਸ, ਕੀ ਤੁਸੀਂ ਕੌਫੀ ਪਸੰਦ ਨਹੀਂ ਕਰਦੇ ਹੋ? ਇੰਟਰੋਗੇਟਿਵ ਸੈਂਟੈਂਸ ਹੈ, ਨੈਗੇਟਿਵ ਫੋਰਮ ਦੇ ਵਿੱਚ ਹੈ, ਤਾਂ ਡੂ ਯੂ, ਯੂ ਆਪਾਂ ਕਿਉਂ ਲਿਖਿਆ? ਤੁਸੀਂ ਹੈ ਸਬਜੈਕਟ। ਅਤੇ ਡੂ ਕਿਉਂ ਲਿਖਿਆ? ਕਿਉਂਕਿ ਯੂ ਪਲੂਰਲ ਹੈ, ਸਿੰਗੁਲਰ ਅਤੇ ਪਲੂਰਲ ਦੋਵਾਂ ਦੇ ਨਾਲ ਹੀ ਆਪਾਂ ਡੂ ਲਿਖਾਂਗੇ, ਨੋਟ ਲਿਖਾਂਗੇ, ਕਿਉਂਕਿ ਨੈਗੇਟਿਵ ਸੈਂਟੈਂਸ ਹੈ। ਲਾਈਕ ਕੌਫੀ, ਕਿ ਤੁਸੀਂ ਕੌਫੀ ਪਸੰਦ ਨਹੀਂ ਕਰਦੇ ਹੋ। ਨਿਸ਼ਾ ਪੱਤਰ ਲਿਖ ਰਹੀ ਹੈ। ਹੁਣ ਇੱਥੇ ਦੇਖੋ, ਇੰਟੈਰੋਗੇਟਿਵ ਨਹੀਂ ਹੈ, ਬਿਲਕੁਲ ਸਿੰਪਲ ਵਾਕ ਹੈ। ਪ੍ਰੈਜੈਂਟ ਕੰਟੀਨਿਊਸ ਟੈਂਸ ਦੀ ਵਰਤੋਂ ਕੀਤੀ ਗਈ ਹੈ। ਨਿਸ਼ਾ ਜਿਹੜੀ ਹੈ ਉਹ ਲਗਾਤਾਰ ਪੱਤਰ ਲਿਖ ਰਹੀ ਹੈ, ਕੰਟੀਨਿਊਸ ਫੋਰਮ ਹੈ। ਇਜ਼ ਐਮ ਆਰ ਦੇ ਨਾਲ ਵਰਬ ਦੀ ਪਹਿਲੀ ਫੋਰਮ ਦੇ ਨਾਲ ਆਈਐਨਜੀ ਫੋਰਮ ਯੂਜ਼ ਹੋਵੇਗੀ। ਤਾਂ ਸਬਜੈਕਟ ਆਪਣੇ ਕੋਲ ਨਿਸ਼ਾ ਹੈ, ਆਪਾਂ ਨਿਸ਼ਾ ਲਿਖਿਆ। ਉਸ ਤੋਂ ਬਾਅਦ ਹੈਲਪਿੰਗ ਵਰਬ ਲਿਖਾਂਗੇ ਇਜ਼ ਐਮ ਆਰ, ਜਿਹੜੀ ਕਿ ਪ੍ਰੈਜੈਂਟ ਕੰਟੀਨਿਊਸ ਟੈਂਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਨਿਸ਼ਾ ਸਿੰਗੁਲਰ ਹੈ, ਇਸ ਕਰਕੇ ਇਜ਼ ਲਿਖਿਆ। ਕੀ ਕੰਮ ਕਰ ਰਹੀ ਹੈ? ਪੱਤਰ ਲਿਖਣ ਦਾ ਕੰਮ ਕਰ ਰਹੀ ਹੈ। ਰਾਈਟਿੰਗ ਵਰਬ ਦੀ ਪਹਿਲੀ ਫੋਰਮ ਦੇ ਨਾਲ ਆਈਐਨਜੀ ਫੋਰਮ ਬਣਾ ਕੇ ਲਿਖਾਂਗੇ ਅ ਲੈਟਰ। ਜੇ ਹੁੰਦਾ ਨਿਸ਼ਾ ਕਵਿਤਾ ਲਿਖ ਰਹੀ ਹੈ, ਫਿਰ ਆਪਾਂ ਲਿਖਣਾ ਸੀ ਨਿਸ਼ਾ ਇਜ਼ ਰਾਈਟਿੰਗ ਅ ਪੋਮ। ਬੱਚੇ ਸ਼ੋਰ ਨਹੀਂ ਮਚਾ ਰਹੇ ਹਨ, ਇਹ ਵੀ ਪ੍ਰੈਜੈਂਟ ਟੈਂਸ ਹੈ, ਕੰਟੀਨਿਊਸ, ਲੇਕਿਨ ਨੈਗੇਟਿਵ ਫੋਰਮ 'ਚ ਹੈ। ਬੱਚੇ ਦੀ ਇੰਗਲਿਸ਼ ਕੀ ਹੋਵੇਗੀ? ਚਿਲਡਰਨ। ਪਲੂਰਲ ਹੈ, ਇਸ ਕਰਕੇ ਆਰ ਦੀ ਵਰਤੋਂ ਕੀਤੀ ਗਈ ਹੈ। ਨੋਟ ਹੈ, ਇਸ ਕਰਕੇ ਨੋਟ ਲਿਖਿਆ। ਮੇਕਿੰਗ ਅ ਨੋਇਸ, ਮੇਕ ਅ ਨੋਇਸ, ਇਹਦਾ ਮਤਲਬ ਹੁੰਦਾ ਸ਼ੋਰ ਮਚਾਉਣਾ। ਆਪਾਂ ਕੰਟੀਨਿਊਸ ਫੋਰਮ ਦੇ ਵਿੱਚ ਲਿਖ ਰਹੇ ਹਾਂ, ਤਾਂ ਮੇਕਿੰਗ ਅ ਨੋਇਸ ਹੋ ਜਾਵੇਗਾ। ਕੀ ਚਪੜਾਸੀ ਘੰਟੀ ਵਜਾ ਰਿਹਾ ਹੈ? ਇਹ ਵੀ ਸੇਮ ਹੈ, ਪ੍ਰੈਜੈਂਟ ਕੰਟੀਨਿਊਸ ਟੈਂਸ, ਸਬਜੈਕਟ ਹੈ ਚਪੜਾਸੀ, ਦ ਪੀਓਨ ਲਿਖ ਲਿਆ। ਸਿੰਗੁਲਰ ਹੈ, ਇਜ ਲਿਖਿਆ, ਇਜ ਆਪਾਂ ਬਾਹਰ ਲਿਖਿਆ। ਕਿਉਂ ਲਿਖਿਆ? ਕਿਉਂਕਿ ਇੰਟਰੋਗੇਟਿਵ ਸੈਂਟੈਂਸ ਹੈ, ਇਸ ਕਰਕੇ ਆਪਾਂ ਬਾਹਰ ਲਿਖ ਦਿੱਤਾ। ਇਜ ਦ ਪੀਓਨ ਰਿੰਗਿੰਗ ਦ ਬੈਲ, ਤੇ ਇੰਟਰੋਗੇਟਿਵ ਦਾ ਸਾਈਨ ਆਪਾਂ ਪਿੱਛੇ ਲਿਖਿਆ। ਉਹ ਕਿੱਥੇ ਜਾ ਰਹੀ ਹੈ? ਉਹ ਕਿੱਥੇ ਜਾ ਰਹੀ ਹੈ? ਕੰਟੀਨਿਊਸ ਟੈਂਸ ਹੈ, ਲੇਕਿਨ ਇੰਟਰੋਗੇਟਿਵ ਜਿਹੜੀ ਫੋਰਮ ਹੈ ਉਹ ਡਬਲਯੂ ਐਚ ਵਰਡ ਯੂਜ਼ ਕੀਤਾ ਗਿਆ ਹੈ। ਕਿੱਥੇ ਜਾ ਰਹੀ ਹੈ? ਕਿੱਥੇ ਦੀ ਇੰਗਲਿਸ਼? ਵੇਅਰ, ਆਪਾਂ ਲਿਖਾਂਗੇ ਵੇਅਰ, ਬਾਕੀ ਪੈਟਰਨ ਸੇਮ ਰਹੇਗਾ। ਇਜ਼ ਸ਼ੀ ਗੋਇੰਗ, ਇੰਟਰੋਗੇਟਿਵ ਦਾ ਸਾਈਨ ਆ ਜਾਵੇਗਾ। ਅੰਜੂ ਨੇ ਆਪਣਾ ਕੰਮ ਕਰ ਲਿਆ ਹੈ, ਪ੍ਰੈਜੈਂਟ ਪਰਫੈਕਟ ਟੈਂਸ ਹੈ। ਕੰਮ ਜਿਹੜਾ ਹੈ ਅੰਜੂ ਦਾ ਪੂਰਾ ਹੋ ਚੁੱਕਿਆ ਹੈ। ਸਬਜੈਕਟ ਆਪਣੇ ਕੋਲ ਅੰਜੂ ਹੈ, ਲਿਖ ਲਿਆ। ਸਬਜੈਕਟ ਤੋਂ ਬਾਅਦ ਆਪਾਂ ਹੈਜ਼ ਜਾਂ ਹੈਵ ਪਲੱਸ ਵਰਬ ਦੀ ਥਰਡ ਫੋਰਮ ਦੀ ਵਰਤੋਂ ਕਰਾਂਗੇ ਪ੍ਰੈਜੈਂਟ ਪਰਫੈਕਟ ਟੈਂਸ ਦੇ ਵਿੱਚ। ਤਾਂ ਅੰਜੂ ਸਿੰਗੁਲਰ ਹੈ, ਆਪਾਂ ਯੂਜ਼ ਕੀਤਾ ਹੈਜ਼, ਥਰਡ ਫੋਰਮ ਲਿਖ ਲਈ ਡਨ, ਹਰ ਵਰਕ, ਅੰਜੂ ਨੇ ਆਪਣਾ ਕੰਮ ਕਰ ਲਿਆ ਹੈ। ਉਸੇ ਤਰ੍ਹਾਂ ਹੀ ਰਚਨਾ ਨੇ ਆਪਣਾ ਪਾਠ ਨਹੀਂ ਦੁਹਰਾਇਆ। ਹੁਣ ਇਹ ਨੈਗੇਟਿਵ ਹੈ, ਤਾਂ ਰਚਨਾ ਸਿੰਗੁਲਰ ਹੈਜ਼ ਆ ਗਿਆ। ਨੋਟ ਲਿਖਿਆ ਤੇ ਰਿਵਾਈਜ਼ ਹਰ ਲੈਸਨ, ਕੀ ਸ਼ਰਨ ਕਰ ਵਾਪਸ ਆ ਚੁੱਕਾ ਹੈ? ਚੁੱਕਾ ਹੈ ਪਰਫੈਕਟ ਟੈਂਸ ਦੀ ਨਿਸ਼ਾਨੀ ਹੈ, ਤਾਂ ਹੈਜ਼ ਹੈ ਉਹ ਬਾਹਰ ਆ ਜਾਵੇਗਾ। ਹੈਜ਼ ਸ਼ਰਨ ਰਿਟਰਨ ਹੋਮ, ਇੰਟਰੋਗੇਟਿਵ ਦਾ ਸਾਈਨ ਆ ਜਾਵੇਗਾ। ਪ੍ਰਦੀਪ ਕਿੱਥੇ ਪਹੁੰਚ ਗਿਆ ਹੈ? ਵੇਅਰ
ਹੈਜ਼ ਪ੍ਰਦੀਪ ਰੀਚਡ ਇੰਟਰੋਗੇਟਿਵ ਦਾ ਸਾਈਨ। ਇਸ ਤਰ੍ਹਾਂ ਆਪਾਂ ਸਿੰਪਲ ਪ੍ਰੈਜੈਂਟ ਟੈਂਸ, ਪ੍ਰੈਜੈਂਟ ਕੰਟੀਨਿਊਸ ਟੈਂਸ, ਪ੍ਰੈਜੈਂਟ ਪਰਫੈਕਟ ਟੈਂਸ ਤਿੰਨਾਂ ਦੇ ਸਿੰਪਲ ਵਾਕ, ਨੈਗੇਟਿਵ ਵਾਕ ਅਤੇ ਇੰਟਰੋਗੇਟਿਵ ਨੈਗੇਟਿਵ ਵਾਕ ਵੀ ਆਪਾਂ ਸੋਲਵ ਕਰ ਲਏ ਅਤੇ ਸਮਝ ਲਏ। ਹੁਣ ਆਪਾਂ ਪ੍ਰੈਜੈਂਟ ਪਰਫੈਕਟ ਕੰਟੀਨਿਊਸ ਟੈਂਸ ਨੂੰ ਦੇਖਾਂਗੇ। ਸਵੇਰ ਤੋਂ ਵਰਖਾ ਹੋ ਰਹੀ ਹੈ। ਹੁਣ ਇਹਦੇ ਵਿੱਚ ਕੰਟੀਨਿਊਸ ਤਾਂ ਹੈ ਪਰ ਇਹਦੇ ਵਿੱਚ ਸਮਾਂ ਦਿੱਤਾ ਹੋਇਆ ਹੈ, ਸਵੇਰ ਤੋਂ ਵਰਖਾ ਹੋ ਰਹੀ ਹੈ, ਆਪਾਂ ਨੂੰ ਟਾਈਮ ਦਿੱਤਾ ਹੋਵੇਗਾ। ਇਹਦੇ ਲਈ ਆਪਾਂ ਸਿੰਸ ਅਤੇ ਫੋਰ ਦੋ ਤਰ੍ਹਾਂ ਦੀ ਪ੍ਰੈਪੋਜੀਸ਼ਨ ਯੂਜ਼ ਕਰਦੇ ਹਾਂ। ਸਿੰਸ ਜਿਹੜਾ ਹੈ ਉਹ ਪੁਆਇੰਟ ਆਫ ਟਾਈਮ ਦੇ ਲਈ ਵਰਤਿਆ ਜਾਂਦਾ ਹੈ, ਜਦਕਿ ਫੋਰ ਪੀਰੀਅਡ ਆਫ ਟਾਈਮ ਦੇ ਲਈ ਵਰਤਿਆ ਜਾਂਦਾ ਹੈ। ਮੈਂ ਤੁਹਾਨੂੰ ਦੱਸ ਦਵਾਂ ਕਿ ਸਿੰਸ ਦੀ ਵਰਤੋਂ ਆਪਾਂ ਕਿੱਥੇ ਕਿੱਥੇ ਕਰ ਸਕਦੇ ਹਾਂ। ਸਿੰਸ ਦੀ ਵਰਤੋਂ ਆਪਾਂ ਉੱਥੇ ਕਰਾਂਗੇ ਜਿੱਥੇ ਆਪਾਂ ਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਹੁੰਦਾ, ਜਿਵੇਂ ਲਿਖਿਆ ਹੁੰਦਾ ਹੈ ਸਵੇਰ ਤੋਂ। ਸਵੇਰ ਜਿਹੜੀ ਹੈ ਉਹ ਅੱਧੀ ਰਾਤ ਤੋਂ ਬਾਅਦ ਦੁਪਹਿਰ 12 ਵਜੇ ਤੋਂ ਪਹਿਲਾਂ ਸਵੇਰ ਹੀ ਹੁੰਦੀ ਹੈ। ਬਹੁਤ ਲੰਬਾ ਸਮਾਂ ਹੁੰਦਾ ਹੈ, ਆਪਾਂ ਪ੍ਰੋਪਰ ਨਹੀਂ ਦੱਸ ਸਕਦੇ ਵੀ 10 ਵਜੇ ਸ਼ੁਰੂ ਕੀਤਾ, 11 ਵਜੇ ਸ਼ੁਰੂ ਕੀਤਾ, 12 ਵਜੇ ਸ਼ੁਰੂ ਕੀਤਾ। ਇੱਕ ਲੰਬਾ ਸਮਾਂ ਹੈ, ਇਹਦੇ ਵਿੱਚ ਆਪਾਂ ਨੂੰ ਸਿਰਫ ਪੁਆਇੰਟ ਆਫ ਟਾਈਮ ਦਿੱਤਾ ਹੋਇਆ ਹੈ, ਪੂਰੇ ਦਿਨ ਦਾ ਪੁਆਇੰਟ ਦਿੱਤਾ ਹੋਇਆ ਕਿ ਸਵੇਰ ਦਾ ਸਮਾਂ। ਇਸ ਕਰਕੇ ਆਪਾਂ ਸਿੰਸ ਲਾਇਆ। ਇੱਕ ਕਈ ਵਾਰ ਲਿਖਿਆ ਹੁੰਦਾ ਹੈ ਵੀ ਜੁਲਾਈ ਤੋਂ ਇੱਥੇ ਰਹਿ ਰਿਹਾ ਹੈ, ਜੁਲਾਈ ਦੇ ਵਿੱਚ ਵੀ 31 ਦਿਨ ਹੁੰਦੇ ਹੈ ਤੇ ਆਪਾਂ ਨੂੰ ਇਹ ਨਹੀਂ ਪਤਾ ਕਿ ਪਹਿਲੇ ਦਿਨ ਤੋਂ ਰਹਿ ਰਿਹਾ ਜਾਂ 31 ਜੁਲਾਈ ਤੋਂ ਰਹਿ ਰਿਹਾ ਹੈ। ਇਸ ਤਰ੍ਹਾਂ ਪੁਆਇੰਟ ਆਫ ਟਾਈਮ ਦਿੱਤਾ ਹੋਇਆ ਹੈ ਕਿ 12 ਮਹੀਨੇ ਹੈ, 12 ਮਹੀਨਿਆਂ ਦੇ ਵਿੱਚੋਂ ਜੁਲਾਈ ਜਿਹੜਾ ਪੁਆਇੰਟ ਹੈ ਉੱਥੋਂ ਇਹ ਇੱਥੇ ਰਹਿ ਰਿਹਾ ਹੈ। ਤਾਂ ਇਸੇ ਤਰ੍ਹਾਂ ਹੀ 1990 ਤੋਂ 1990 ਜਿਹੜਾ ਇੱਕ ਈਅਰ ਦਿੱਤਾ ਹੈ ਆਪਾਂ ਨੂੰ, ਇਹਦੇ ਵਿੱਚ ਵੀ 365 ਦਿਨ ਹੁੰਦੇ ਹੈ, ਤਾਂ ਆਪਾਂ ਨੂੰ ਸਿਰਫ ਇੱਕ ਪੁਆਇੰਟ ਦੱਸਿਆ ਹੋਇਆ ਹੈ 21ਵੀਂ ਸ਼ਤਾਬਦੀ ਵਿੱਚ। ਜਿਹੜਾ ਹੈ ਉਹ ਮੰਨ ਲਓ 2004 ਤੋਂ ਇੱਥੇ ਆ ਰਿਹਾ ਹੈ, ਤਾਂ ਪੂਰੀ ਇੱਕ ਸ਼ਤਾਬਦੀ ਦੇ ਵਿੱਚ ਆਪਾਂ ਨੂੰ ਇੱਕ ਪੁਆਇੰਟ ਦੇਤਾ, ਉੱਥੇ ਆਪਾਂ ਸਿੰਸ ਦੀ ਵਰਤੋਂ ਕਰਾਂਗੇ। ਲੇਕਿਨ ਹੋਰ ਜਿਹੜਾ ਉਹ ਪੀਰੀਅਡ ਆਫ ਟਾਈਮ ਦੇ ਲਈ ਵਰਤਿਆ ਜਾਂਦਾ ਹੈ, ਜਿਵੇਂ 2 ਘੰਟੇ, ਜਿਵੇਂ ਅਗਲੇ ਸੈਂਟੈਂਸ ਦੇ ਵਿੱਚ ਤੁਸੀਂ ਦੇਖੋ 2 ਘੰਟਿਆਂ ਤੋਂ, 2 ਮਿੰਟ ਤੋਂ, 2 ਦਿਨਾਂ ਤੋਂ, 2 ਸਾਲਾਂ ਤੋਂ, 40 ਮਿੰਟ ਦਾ ਪੀਰੀਅਡ ਹੁੰਦਾ ਸਕੂਲ ਦੇ ਵਿੱਚ, 40 ਮਿੰਟਾਂ ਤੋਂ ਇੰਗਲਿਸ਼ ਪੜ੍ਹਾ ਰਿਹਾ ਹੈ। ਇਸ ਤਰ੍ਹਾਂ ਆਪਾਂ ਫੋਰ ਅਤੇ ਸਿੰਸ ਦੀ ਵਰਤੋਂ ਪ੍ਰੋਪਰ ਤਰੀਕੇ ਨਾਲ ਕਰ ਸਕਦੇ ਹਾਂ। ਇਹਦੇ ਵਿੱਚ ਹੈਜ਼, ਹੈਵ ਦੀ ਵਰਤੋਂ ਹੁੰਦੀ ਹੈ, ਪਲੱਸ ਬੀਨ ਦੇ ਨਾਲ ਆਈਐਨਜੀ ਫੋਰਮ ਆਵੇਗੀ। ਤਾਂ ਕੀ ਹੋ ਜਾਏਗਾ, ਸਵੇਰ ਤੋਂ ਵਰਖਾ ਹੋ ਰਹੀ ਹੈ, ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ। ਚੰਦਰ 2 ਘੰਟੇ ਤੋਂ ਨਹੀਂ ਸੋ ਰਿਹਾ ਹੈ, ਚੰਦਰ ਹੈਜ਼ ਨੋਟ ਬੀਨ ਸਲੀਪਿੰਗ ਫੋਰ 2 ਆਵਰਸ। ਕੀ ਉਹ ਇਸ ਘਰ ਵਿੱਚ 2008 ਤੋਂ ਰਹਿ ਰਿਹਾ ਹੈ? ਹੁਣ ਦੇਖੋ 2008 ਦੇ ਵਿੱਚ 365 ਦਿਨ ਹੈ, ਆਪਾਂ ਨੂੰ ਨਹੀਂ ਪਤਾ ਕਿਹੜੇ ਮਹੀਨੇ ਤੋਂ ਸ਼ੁਰੂ ਕੀਤਾ, ਕਿਹੜੇ ਦਿਨ ਤੋਂ ਸ਼ੁਰੂ ਕੀਤਾ। ਆਪਾਂ ਕੀ ਯੂਜ਼ ਕਰਾਂਗੇ, ਸਿੰਸ ਯੂਜ਼ ਕਰਾਂਗੇ, ਕਿਉਂਕਿ ਇਹ ਪੁਆਇੰਟ ਆਫ ਟਾਈਮ ਦਿੱਤਾ ਹੋਇਆ ਹੈ। ਕੀ ਮਾਲੀ ਸਵੇਰ ਤੋਂ ਪੌਦਿਆਂ ਨੂੰ ਪਾਣੀ ਨਹੀਂ ਦੇ ਰਿਹਾ ਹੈ? ਹੈਜ਼ ਦ ਗਾਰਡਨਰ ਨੋਟ ਬੀਨ ਵਾਟਰਿੰਗ ਦ ਪਲਾਂਟਸ ਸਿੰਸ ਮਾਰਨਿੰਗ? ਇੰਟਰੋਗੇਟਿਵ ਦਾ ਸਾਈਨ ਆਪਾਂ ਲਿਖਾਂਗੇ। ਇਹ ਸਾਰੇ ਵਾਕ ਜਿਹੜੇ ਹੈ ਪ੍ਰੈਜੈਂਟ ਟੈਂਸ ਦੀ ਫੋਰਮਸ ਨੇ ਸਾਰੇ ਹੀ। ਹੁਣ ਆਪਾਂ ਉਸ ਤੋਂ ਬਾਅਦ ਦੇਖਾਂਗੇ ਪਾਸਟ ਟੈਂਸ ਦੀ ਫੋਰਮ। ਉਸ ਨੇ ਚਾਹ ਪੀਤੀ, ਯਾਨੀ ਕੰਮ ਪੂਰਾ ਹੋ ਗਿਆ। ਆਪਾਂ ਨੂੰ ਨਹੀਂ ਪਤਾ ਕਦੋਂ ਹੋਇਆ, ਕਦੋਂ ਪੀਤੀ, ਸਿੰਪਲ ਪਾਸਟ ਟੈਂਸ ਹੈ ਜਿਹਦੇ 'ਚ ਆਪਾਂ ਸਿਰਫ ਵਰਬ ਦੀ ਸੈਕਿੰਡ ਫੋਰਮ ਦੀ ਵਰਤੋਂ ਕਰਦੇ ਹਾਂ। ਉਸ ਨੇ, ਉਸ ਦੀ ਅਸੀਂ ਇੰਗਲਿਸ਼ ਆਪਾਂ ਲਿਖੀ ਹੈ ਹੀ, ਟੁੱਕ ਟੀ। ਇੱਥੇ ਆਪਾਂ ਇਹ ਵੀ ਲਿਖ ਸਕਦੇ ਹਾਂ ਹੀ ਹੈਡ ਟੀ। ਉਸ ਨੇ ਕੌਫੀ ਪੀਤੀ, ਹੀ ਟੁੱਕ ਕੌਫੀ, ਹੀ ਹੈਡ ਕੌਫੀ।
ਨੈਕਸਟ, ਅਸੀਂ ਮੈਚ ਵੇਖਣ ਨਹੀਂ ਗਏ, ਇਹ ਨੈਗੇਟਿਵ ਹੈ। ਨੈਗੇਟਿਵ ਦੇ ਵਿੱਚ ਆਪਾਂ ਕੀ ਕਰਾਂਗੇ, ਡਿਡ ਨੋਟ ਦੀ ਵਰਤੋਂ ਕਰਾਂਗੇ ਸਾਰੇ ਹੀ ਸਬਜੈਕਟਸ ਦੇ ਨਾਲ। ਇਹ ਜ਼ਰੂਰੀ ਨਹੀਂ ਹੈ ਕਿ ਆਈ ਵੀ ਦੇ ਯੂ ਪਲੂਰਲ ਸਿੰਗੂਲਰ, ਕੋਈ ਮਤਲਬ ਨਹੀਂ, ਸਾਰਿਆਂ ਦੇ ਨਾਲ ਡਿਡ ਨੋਟ ਦੀ ਵਰਤੋਂ ਹੋਵੇਗੀ। ਉਸ ਤੋਂ ਬਾਅਦ ਵਰਬ ਦੀ ਪਹਿਲੀ ਫੋਰਮ ਦੀ ਵਰਤੋਂ ਹੋਵੇਗੀ। ਵੀ ਡਿਡ ਗੋ ਟੂ ਸੀ ਦ ਮੈਚ, ਕੀ ਮੈਂ ਪਾਣੀ ਪੀਤਾ, ਡਿਡ ਆਈ ਡਰਿੰਕ ਵਾਟਰ, ਡਿਡ ਆਈ ਟੇਕ ਵਾਟਰ, ਡਿਡ ਆਈ ਹੈਵ ਵਾਟਰ, ਇਸ ਤਰ੍ਹਾਂ ਆਪਾਂ ਬਣਾ ਸਕਦੇ ਹਾਂ। ਸਾਰਿਆਂ ਦੇ ਨਾਲ ਡਿਡ ਦੀ ਵਰਤੋਂ ਹੋਵੇਗੀ। ਮੈਂ ਬੱਚੇ ਨੂੰ ਕਦੋਂ ਕੁੱਟਿਆ, ਕਦੋਂ ਦੀ ਇੰਗਲਿਸ਼ ਹੁੰਦੀ ਹੈ ਵੈਨ, ਬਾਕੀ ਸਟਰਕਚਰ ਸੇਮ ਰਹੇਗਾ। ਵੈਨ ਡਿਡ ਆਈ ਬੀਟ ਦ ਚਾਈਲਡ, ਕਮਲ ਟੀਵੀ ਵੇਖ ਰਿਹਾ ਸੀ। ਹੁਣ ਇਹ ਕਿਹੜੀ ਫੋਮ ਆ ਗਈ, ਇਹ ਫੋਮ ਆ ਗਈ ਪਾਸਟ ਕੌਂਟੀਨਿਊਸ ਟੈਂਸ ਦੀ। ਪਾਸਟ ਕੌਂਟੀਨਿਊਸ ਦੇ ਵਿੱਚ ਵਾਸ ਅਤੇ ਵਰ ਪਲੱਸ ਆਈ ਐਨ ਜੀ ਫੋਮ ਯੂਜ ਹੁੰਦੀ ਹੈ। ਤਾਂ ਕਮਲ ਸਿੰਗੂਲਰ ਹੈ, ਇਸ ਕਰਕੇ ਆਪਾਂ ਵਾਸ ਦੀ ਵਰਤੋਂ ਕਰਾਂਗੇ। ਕਮਲ ਵਾਸ ਵਾਚਿੰਗ ਟੀਵੀ। ਇਸ ਤਰ੍ਹਾਂ ਤੁਸੀਂ ਹੋਰ ਵੀ ਵਾਕ ਬਣਾ ਸਕਦੇ ਹੋ। ਕਮਲ ਪੱਤਰ ਲਿਖ ਰਿਹਾ ਹੈ, ਕਮਲ ਸਕੂਲ ਜਾ ਰਿਹਾ ਹੈ, ਕਮਲ ਟੀਵੀ ਦੇਖ ਰਿਹਾ ਹੈ, ਕਮਲ ਖੇਡ ਰਿਹਾ ਹੈ, ਤਾਂ ਵਾਸ ਦੀ ਵਰਤੋਂ ਹੋਵੇਗੀ, ਆਈ ਐਨ ਜੀ ਫੋਮ ਦੀ ਵਰਤੋਂ ਹੋਵੇਗੀ। ਮਨੀਸ਼ ਸ਼ੋਰ ਨਹੀਂ ਮਚਾ ਰਿਹਾ, ਮਨੀਸ਼ ਵਾਸ ਨੋਟ ਮੇਕਿੰਗ ਅ ਨੋਇਸ। ਕੀ ਗੁਰਮੁਖ ਸੋ ਰਿਹਾ ਸੀ, ਤਾਂ ਇੰਟਰਗੇਟਿਵ ਸੈਂਟੈਂਸ ਹੈ ਵਾਸ ਗੁਰਮੁਖ ਸਲੀਪਿੰਗ। ਕੁਲਵਿੰਦਰ ਕਦੋਂ ਹੱਸ ਰਿਹਾ ਸੀ, ਵੈਨ ਵਾਸ ਕੁਲਵਿੰਦਰ ਲਾਫਿੰਗ। ਭਾਰਤ ਪਾਕਿਸਤਾਨ ਨੂੰ ਹਰਾ ਚੁੱਕਾ ਹੈ। ਹੁਣ ਦੇਖੋ ਇਹ ਪਾਸਟ ਪਰਫੈਕਟ ਟੈਂਸ ਹੈ, ਕੰਮ ਜਿਹੜਾ ਉਹ ਪਾਸਟ ਦੇ ਵਿੱਚ ਪੂਰਾ ਹੋ ਚੁੱਕਾ ਹੈ। ਇਹਦੀ ਪਛਾਣ ਕੀ ਹੈ, ਚੁੱਕਾ ਸੀ, ਚੁੱਕੇ ਸੀ, ਚੁੱਕੇ ਸਨ, ਇਸ ਤਰ੍ਹਾਂ ਦੇ ਜਿਹੜੇ ਹੈ ਵਰਡ ਪੰਜਾਬੀ ਦੇ ਵਾਕ ਦੇ ਪਿੱਛੇ ਆਪਾਂ ਨੂੰ ਦੇਖਣ ਨੂੰ ਮਿਲਦੇ ਹੈ। ਸਬਜੈਕਟ ਆਪਾਂ ਯੂਜ਼ ਕੀਤਾ ਇੱਥੇ ਭਾਰਤ, ਇੰਡੀਆ ਹੈਡ ਡਿਫੀਟਡ ਪਾਕਿਸਤਾਨ। ਅਧਿਆਪਕ ਪਾਠ ਨਹੀਂ ਪੜ੍ਹਾ ਚੁੱਕਾ ਸੀ, ਦ ਟੀਚਰ ਹੈਡ ਨੋਟ। ਸਾਰਿਆਂ ਦੇ ਨਾਲ ਹੈਡ ਦੀ ਵਰਤੋਂ ਹੋਵੇਗੀ, ਹੈਡ ਨੋਟ ਟੋਟ ਦ ਲੈਸਨ। ਕੀ ਉਹ ਆਪਣਾ ਘਰ ਵੇਚ ਚੁੱਕੇ ਸਨ, ਹੈਡ ਦੇ ਸੋਲਡ ਦੇਅਰ ਹਾਊਸ। ਕੀ ਉਹ ਚਾਹ ਨਹੀਂ ਪੀ ਚੁੱਕੇ ਸਨ, ਹੈਡ ਦੇ ਨੋਟ ਟੇਕਨ ਟੀ। ਇੰਟਰਰੋਗੇਟਿਵ ਦਾ ਸਾਈਨ ਆ ਗਿਆ। ਅਸੀਂ ਜਲੰਧਰ 1998 ਤੋਂ ਰਹਿ ਰਹੇ ਸੀ। ਇਹ ਪਾਸਟ ਪਰਫੈਕਟ ਕੌਂਟੀਨਿਊਸ ਟੈਂਸ ਹੈ, ਜਿਹਦੇ ਵਿੱਚ ਹੈਡ ਪਲੱਸ ਬੀਨ ਪਲੱਸ ਆਈ ਐਨ ਜੀ ਫੋਰਮ ਸਿੰਸ ਅਤੇ ਫੋਰ ਦੇ ਨਾਲ ਯੂਜ ਹੁੰਦੀ ਹੈ। 1998 ਤੋਂ ਮੈਂ ਪਹਿਲਾਂ ਹੀ ਦੱਸ ਸਕਿਆ ਕਿ ਪੁਆਇੰਟ ਆਫ ਟਾਈਮ ਦੇ ਲਈ ਆਪਾਂ ਸਿੰਸ ਦੀ ਵਰਤੋਂ ਕਰਦੇ ਹਾਂ। ਵੀ ਹੈਡ ਬੀਨ ਲਿਵਿੰਗ ਇਨ ਜਲੰਧਰ ਸਿੰਸ 1998। ਉਹ 1 ਘੰਟੇ ਤੋਂ ਨਕਲ ਨਹੀਂ ਕਰ ਰਿਹਾ ਸੀ, ਹੀ ਹੈਡ ਨੋਟ ਬੀਨ ਕੋਪਿੰਗ ਫੋਰ 1 ਆਵਰ। ਕੀ ਮੁੰਡੇ 10 ਵਜੇ ਤੋਂ ਦੌੜ ਰਹੇ ਸਨ, ਹੈਡ ਦ ਬੋਇਜ਼ ਬੀਨ ਰਨਿੰਗ ਸਿੰਸ 10 ਓ ਕਲੋਕ। 10 ਵਜੇ ਤੋਂ ਦੇ ਨਾਲ ਵੀ ਆਪਾਂ ਸਿੰਸ ਦੀ ਵਰਤੋਂ ਕਰਾਂਗੇ। ਤੁਸੀਂ ਆਪਣਾ ਪਾਠ ਯਾਦ ਕਰੋਗੇ। ਹੁਣ ਦੇਖੋ ਤੁਸੀਂ ਆਪਣਾ ਪਾਠ ਯਾਦ ਕਰੋਗੇ, ਸਿੰਪਲ ਫਿਊਚਰ ਟੈਂਸ ਹੈ। ਇਹਦੇ ਵਿੱਚ ਆਪਾਂ ਮਾਡਲ ਵਿਲ ਯੂਜ਼ ਕਰਾਂਗੇ ਅਤੇ ਸ਼ੈਲ ਯੂਜ਼ ਕਰਾਂਗੇ। ਆਈ ਅਤੇ ਵੀ ਦੇ ਨਾਲ ਸ਼ੈਲ ਦੀ ਵਰਤੋਂ ਹੁੰਦੀ ਹੈ। ਬਾਕੀ ਜਿੰਨੇ ਵੀ ਸਬਜੈਕਟ ਹੋਣਗੇ ਸਾਰਿਆਂ ਦੇ ਨਾਲ ਯੂ ਦੀ ਵਰਤੋਂ ਕੀਤੀ ਜਾਵੇਗੀ। ਪਰ ਇਹਨਾਂ ਨੂੰ ਆਪਾਂ ਇੰਟਰਚੇਂਜ ਵੀ ਕਰ ਸਕਦੇ ਹਾਂ ਜਦੋਂ ਸੰਭਾਵਨਾ ਵੱਧ ਹੁੰਦੀ ਹੈ। ਯੂ ਵਿਲ ਲਰਨ ਯੋਰ ਲੈਸਨ। ਉਹ ਪਤੰਗ ਨਹੀਂ ਉਡਾਉਣਗੇ, ਦੇ ਵਿਲ ਨੋਟ, ਵਿਲ ਦੇ ਨਾਲ ਨੋਟ ਆ ਜਾਏਗਾ, ਫਲਾਈ ਕਾਈਟਸ।
ਤੁਸੀਂ ਮੇਰੀ ਮਦਦ ਕਦੋਂ ਕਰੋਗੇ। ਹੁਣ ਕਦੋਂ ਦੀ ਇੰਗਲਿਸ਼ ਆਪਾਂ ਆਲਰੇਡੀ ਪਹਿਲਾਂ ਜਾਣ ਚੁੱਕੇ ਹਾਂ ਕਿ ਵੈਨ ਹੁੰਦੀ ਹੈ। ਵੈਨ ਦੇ ਨਾਲ ਆਪਾਂ ਵਿਲ ਲਿਖਾਂਗੇ, ਪਲੱਸ ਸਬਜੈਕਟ ਲਿਖਾਂਗੇ, ਫਿਰ ਵਰਬ ਲਿਖਾਂਗੇ ਅਤੇ ਉਸ ਤੋਂ ਬਾਅਦ ਓਬਜੈਕਟ। ਵੈਨ ਵਿਲ ਯੂ ਹੈਲਪ ਮੀ, ਉਹ ਪੱਤਰ ਲਿਖ ਰਿਹਾ ਹੋਵੇਗਾ। ਫਿਊਚਰ ਕੰਟੀਨਿਊਸ ਟੈਂਸ ਹੈ, ਵਿਲ ਅਤੇ ਸ਼ੈਲ ਦੇ ਨਾਲ ਬੀ ਪਲੱਸ ਆਈਐਨਜੀ ਫੋਰਮ ਦੀ ਵਰਤੋਂ ਹੁੰਦੀ ਹੈ। ਹੀ ਵਿਲ ਬੀ ਰਾਈਟਿੰਗ ਅ ਲੈਟਰ, ਪੰਕਜ ਸੋ ਨਹੀਂ ਰਿਹਾ ਹੋਵੇਗਾ। ਪੰਕਜ ਵਿਲ ਨੋਟ ਬੀ ਸਲੀਪਿੰਗ, ਕੀ ਮਲਕੀਤ ਖੇਡ ਰਿਹਾ ਹੋਵੇਗਾ। ਇੰਟਰੋਗੇਟਿਵ ਹੈ, ਵਿਲ ਮਲਕੀਤ ਬੀ ਪਲੇਇੰਗ, ਮੈਂ ਉਦੋਂ ਤੱਕ ਸੜਕ ਪਾਰ ਕਰ ਚੁੱਕਾ ਹੋਵਾਂਗਾ। ਫਿਊਚਰ ਪਰਫੈਕਟ ਟੈਂਸ ਹੈ, ਆਈ ਵਿਲ ਹੈਵ, ਵਿਲ ਸ਼ੈਲ ਦੇ ਨਾਲ ਹੈਵ ਪਲੱਸ ਵਰਬ ਦੀ ਥਰਡ ਫੋਰਮ ਦੀ ਵਰਤੋਂ ਹੁੰਦੀ ਹੈ, ਬਾਕੀ ਓਬਜੈਕਟ ਆ ਜਾਵੇਗਾ। ਆਈ ਵਿਲ ਹੈਵ ਕਰੋਸ ਦ ਰੋਡ ਬਾਈ ਦੈਨ, ਉਦੋਂ ਤੱਕ। ਫਿਊਚਰ ਦੇ ਵਿੱਚ ਕਈ ਵਾਰ ਆਪਾਂ ਸਮਾਂ ਦੱਸਣ ਲਈ ਬਾਈ ਦੀ ਵਰਤੋਂ ਵੀ ਕਰ ਸਕਦੇ ਹਾਂ। ਕੀ ਤੁਸੀਂ ਉਸ ਦੇ ਆਉਣ ਤੋਂ ਪਹਿਲਾਂ ਚਾਹ ਪੀ ਚੁੱਕੇ ਹੋਵੋਗੇ। ਵਿਲ ਯੂ ਹੈਵ ਟੇਕਨ ਟੀ ਬਿਫੋਰ ਹੀ ਕਮਸ, ਹੁਣ ਇਹਦੇ ਵਿੱਚ ਦੇਖੋ ਕੀ ਚੀਜ਼ ਹੈ। ਇਹਦੇ ਵਿੱਚ ਦੋ ਵਾਕ ਹੈ, ਇੱਕ ਤਾਂ ਚਾਹ ਪੀਣ ਦਾ ਕੰਮ ਹੋ ਰਿਹਾ, ਇੱਕ ਉਹਦੇ ਆਉਣ ਦਾ ਕੰਮ ਹੋਵੇਗਾ। ਤਾਂ ਜਿੱਥੇ ਕੰਡੀਸ਼ਨ ਹੈ ਉਹ ਸਿੰਪਲ ਪ੍ਰੈਜੈਂਟ ਟੈਂਸ ਵਿੱਚ ਲਿਖਿਆ ਜਾਵੇਗਾ। ਉਸ ਦੇ ਆਉਣ ਤੋਂ ਪਹਿਲਾਂ ਤੁਸੀਂ ਇਹ ਕੰਮ ਕਰ ਚੁੱਕੇ ਹੋਵੋਗੇ। ਜਿਹੜਾ ਪਰਫੈਕਟ ਵਾਲਾ ਹੈ ਕੰਮ, ਉਹ ਆਪਾਂ ਫਿਊਚਰ ਪਰਫੈਕਟ ਵਿੱਚ ਲਿਖਾਂਗੇ। ਵਿਲ ਯੂ ਹੈਵ ਟੇਕਨ ਟੀ ਬਿਫੋਰ ਹੀ ਕਮਸ, ਤੁਸੀਂ 2 ਵਜੇ ਤੋਂ ਉਸ ਦੀ ਉਡੀਕ ਕਰ ਰਹੇ ਹੋਵੋਗੇ। ਪਰਫੈਕਟ ਕੰਟੀਨਿਊਸ ਟੈਂਸ ਹੈ, ਯੂ ਵਿਲ ਹੈਵ ਬੀਨ ਵੇਟਿੰਗ ਫੋਰ ਹਿਮ ਸਿੰਸ 2 o'clock, 2 o'clock, 3 o'clock, 5 o'clock, 6 o'clock, ਇਸ ਤਰ੍ਹਾਂ ਦੇ ਸਮੇਂ ਦੇ ਲਈ ਆਪਾਂ ਸਿੰਸ ਦੀ ਵਰਤੋਂ ਕਰਦੇ ਹਾਂ। ਡੀਅਰ ਸਟੂਡੈਂਟਸ, ਇਹ ਆਪਣੇ 1 ਤੋਂ ਲੈ ਕੇ 50 ਤੱਕ ਪੰਜਾਬੀ ਤੋਂ ਇੰਗਲਿਸ਼ ਟ੍ਰਾਂਸਲੇਸ਼ਨ ਕਿਵੇਂ ਬਣਾਉਂਦੇ ਹਾਂ ਆਪਾਂ, ਕਿਹੜੇ ਕਿਹੜੇ ਰੂਲ ਸਪਲਾਈ ਹੁੰਦੇ ਹੈ, ਕਿਹੜੇ ਕਿਹੜੇ ਮਾਡਲ ਸਪਲਾਈ ਹੁੰਦੇ ਹੈ, ਕਿਹੜੇ ਕਿਹੜੇ ਹੈਲਪਿੰਗ ਵਰਬਸ ਲੱਗਦੀ ਹੈ, ਇਸ ਤਰ੍ਹਾਂ ਦੇ ਵਾਕਾਂ ਨੂੰ ਕਦੇ ਵੀ ਰੱਟੇ ਨਾਲ ਯਾਦ ਨਾ ਕਰੋ। ਇਹਨਾਂ ਨੂੰ ਸਮਝ ਕੇ ਕਰੋ। ਇੱਕ ਵਾਕ ਦੇ ਨਾਲ ਦੇ ਘੱਟੋ ਘੱਟ 5-5, 7-7 ਵਾਕਾਂ ਦੀ ਪ੍ਰੈਕਟਿਸ ਕਰੋ। ਇਹਦੇ ਨਾਲ ਤੁਹਾਡੀ ਇੰਗਲਿਸ਼ ਟ੍ਰਾਂਸਲੇਸ਼ਨ ਦੀ ਜਿਹੜੀ ਪਾਵਰ ਹੈ ਉਹ ਵੱਧ ਜਾਵੇਗੀ। ਤੁਸੀਂ ਵਧੀਆ ਤਰੀਕੇ ਨਾਲ ਪੰਜਾਬੀ ਤੋਂ ਇੰਗਲਿਸ਼ ਟ੍ਰਾਂਸਲੇਸ਼ਨ ਬਣਾਉਣਾ ਸਿੱਖ ਜਾਓਗੇ। ਧੰਨਵਾਦ।